ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾ ਰਹੇ ਹਾਂ ਜੀ ਕਾਲੇ ਚਨਿਆਂ ਦੀ ਸਬਜ਼ੀ, ਜਿਹੜੀ ਕਿ ਆਪਾਂ ਵੱਖਰੇ ਜਿਹੇ ਢੰਗ ਨਾਲ ਬਣਾ ਰਹੇ ਹਾਂ। ਕਾਲੇ ਚਨਿਆਂ ਦੀ ਸਬਜ਼ੀ ਤੁਸੀਂ ਬਹੁਤ ਵਾਰ ਖਾਧੀ ਹੋਊਗੀ, ਪਰ ਅੱਜ ਆਪਾਂ ਜਿਹੜੇ ਢੰਗ ਨਾਲ ਬਣਾ ਰਹੇ ਹਾਂ ਉਹ ਤੁਸੀਂ ਕਦੀ ਨਹੀਂ ਖਾਧੀ ਹੋਊਗੀ, ਕਿਉਂਕਿ ਆਪਾਂ ਬਣਾ ਰਹੇ ਹਾਂ ਜੀ ਇਹਦੇ ਕੋਫਤੇ, ਜਿਹੜੇ ਕਿ ਬਹੁਤ ਹੀ ਸਵਾਦ ਬਣਦੇ ਨੇਗੇ। ਆਪਾਂ ਕਾਲੇ ਚਨੇ ਲਿੱਤੇ ਆ, ਇਹਨਾਂ ਨੂੰ ਆਪਾਂ ਪੂਰਾ ਦਿਨ ਭਿਉਂ ਕੇ ਰੱਖਿਆ ਸੀ ਜੀ। ਹੁਣ ਆਪਾਂ ਇਹਦਾ ਉਹ ਪਾਣੀ ਕੱਢ ਕੇ, ਇੱਕੋ ਪਾਣੀ ਹੋਰ ਵੀ ਕੱਢ ਲਿਆ, ਯਾਨੀ ਕਿ ਦੋ ਤਿੰਨ ਪਾਣੀ ਕੱਢ ਕੇ ਬਿਲਕੁਲ ਸਾਫ਼ ਕਰ ਲਏ। ਅਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ, ਮਿਕਸ ਦੇ ਵਿੱਚ ਪੀਸਾਂਗੇ। ਇਹਨੂੰ ਕੋਈ ਉਬਾਲਣ ਦੀ ਲੋੜ ਨਹੀਂ, ਕੋਈ ਆਪਾਂ ਗੈਸ ਨਹੀਂ ਮਚਾਉਣਾ, ਅਤੇ ਆਪਾਂ ਸਿੰਪਲ ਜਿਹੇ ਢੰਗ ਨਾਲ ਬਣਾਵਾਂਗੇ, ਸਬਜ਼ੀ ਵੀ ਬਹੁਤ ਸਵਾਦ ਬਣੂਗੀ। ਅਤੇ ਇੱਧਰ ਲੈਤੇ ਜੀ ਆਪਾਂ ਦੋ ਤਿੰਨ ਪਿਆਜ਼, ਵਿੱਚ ਇਹਦੇ ਲਸਣ ਵੀ ਆਪਾਂ ਛਿੱਲ ਕੇ ਰੱਖ ਲਿਆ, ਇਹਨੂੰ ਵੀ ਮਿਕਸੀ 'ਚ ਪੀਸ ਲਾਂਗੇ। ਅਤੇ ਦੋ ਲੈਤੇ ਜੀ ਆਪਾਂ ਟਮਾਟਰ, ਇਹਨੂੰ ਵੀ ਆਪਾਂ ਪੀਸ ਲਾਂਗੇ। ਚਲੋ ਜੀ, ਸਭ ਤੋਂ ਪਹਿਲਾਂ ਆਪਾਂ ਜਿਹੜੇ ਚਨੇ ਹੈ ਇਹਨਾਂ ਨੂੰ ਪੀਸ ਲੈਂਦੇ ਹਾਂ। ਲਓ ਜੀ, ਆਪਾਂ ਇਹਨੂੰ ਪੀਸ ਕੇ ਇਸ ਤਰ੍ਹਾਂ ਬਣਾ ਲਿਆ, ਤੁਸੀਂ ਦੇਖੋ ਕੱਚੇ ਛੋਲੇ ਸੀ ਆਪਣੇ, ਇਸ ਤਰ੍ਹਾਂ ਪੀਸ ਕੇ ਐਂ ਬਣ ਗਏ। ਥੋੜ੍ਹਾ ਥੋੜ੍ਹਾ ਵਿੱਚ ਆਪਾਂ ਪਾਣੀ ਵੀ ਵਿੱਚ ਪਾਇਆ, ਫਿਰ ਇਹ ਪੀਸੇ ਗਏ ਨੇਗੇ। ਇੱਧਰ ਜਿਹੜੇ ਆਪਣੇ ਪਿਆਜ਼, ਅਦਰਕ ਅਤੇ ਲਸਣ ਸੀ, ਇਹ ਵੀ ਆਪਾਂ ਪੀਸ ਕੇ ਰੱਖ ਲਏ, ਟਮਾਟਰ ਵੀ ਪੀਸ ਕੇ ਰੱਖ ਲਏ। ਅਤੇ ਹੁਣ ਆਪਾਂ ਇਹਦੇ ਵਿੱਚ ਥੋੜ੍ਹੇ ਜਿਹੇ ਮਸਾਲੇ ਐਡ ਕਰਦੇ ਹਾਂ। ਇੱਕ ਪਾਉਣੇ ਜੀ ਆਪਾਂ ਇਹਦੇ ਵਿੱਚ ਹਰੀ ਮਿਰਚ, ਥੋੜ੍ਹਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ, ਥੋੜ੍ਹੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕੀ ਮੇਥੀ, ਹਲਕੀ ਜਿਹੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਮਿਰਚ, ਅਤੇ ਥੋੜ੍ਹਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ, ਤਾਂ ਜੋ ਇਹ ਵਧੀਆ ਬਣ ਜਾਣ। ਇਹ ਰੁੱਖੇ ਖਾਓ ਤਾਂ ਵੀ ਬਹੁਤ ਸਵਾਦ ਲੱਗਦੇ ਆ। ਅਤੇ ਇੱਕ ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ 2 ਕੁ ਚਮਚੇ ਪਾਵਾਂਗੇ ਜੀ ਵਾਈਟ ਵਾਸਤੇ ਬੇਸਣ। ਲਓ ਜੀ, ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਂਦੇ ਹਾਂ ਮਿਕਸ। ਲਓ ਜੀ, ਜਿਹੜਾ ਆਪਾਂ ਬੇਸਣ ਪਾਇਆ ਥੋੜ੍ਹਾ ਮੋਟਾ, ਇਹਦੇ ਨਾਲ ਚੰਗੀ ਤਰ੍ਹਾਂ ਇਹ ਪਾਇਆ ਆਪਾਂ ਵਾਈਂਡਿੰਗ ਵਾਸਤੇ, ਤਾਂ ਜੋ ਕੋਫਤੇ ਆਪਣੇ ਵਧੀਆ ਬਣ ਜਾਣ। ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਅਤੇ ਵਧੀਆ ਇੱਕ ਪੇਸਟ ਜਿਹੀ ਤਰ੍ਹਾਂ ਬਣ ਗਿਆ, ਅਤੇ ਪਾਣੀ ਵਗੈਰਾ ਇਹਦੇ ਵਿੱਚ ਕੁਛ ਨਹੀਂ ਪਾਉਣਾ ਹੈਗਾ। ਲਓ ਜੀ, ਆਪਾਂ ਇਹ ਸਾਰਾ ਕਰ ਲਿਆ ਜੀ ਮਿਕਸ। ਆ ਦੇਖੋ ਤੁਸੀਂ, ਆਪਣਾ ਆਪਾਂ ਨੂੰ ਐਵੇਂ ਦਾ ਚਾਹੀਦਾ ਜੀ ਇਹ ਬੈਟਰ ਹੈ, ਜਿਹੜਾ ਨਾ ਹੀ ਇਹ ਵਾਲਾ ਪਤਲਾ ਅਤੇ ਨਾ ਹੀ ਵਾਲਾ ਹਾਰਡ ਹੈ, ਬਸ ਜਿਵੇਂ ਕਿ ਆਪਣੇ ਕੋਫਤਿਆਂ ਦਾ ਹੁੰਦਾ, ਆਪਾਂ ਵਧੀਆ ਤਰੀਕੇ ਨਾਲ ਬਸ ਕੋਫਤੇ ਬਣ ਜਾਣ ਆਪਣੇ, ਇਸ ਹਿਸਾਬ ਨਾਲ ਆਪਾਂ ਕੀਤਾ। ਅਤੇ ਕੜਾਹੀ 'ਚ ਪਾਇਆ ਜੀ ਇੱਧਰ ਆਪਾਂ ਆਪਣਾ ਘਿਓ। ਲਓ ਜੀ, ਇੱਧਰ ਪਾਇਆ ਆਪਾਂ ਕੜਾਹੀ ਦੇ ਵਿੱਚ ਘਿਓ, ਅਤੇ ਹੁਣ ਬਣਾਉਂਦੇ ਜੀ ਆਪਾਂ ਆਪਣੇ ਕੋਫਤੇ। ਜੀ ਆਪਾਂ ਇਹਨਾਂ ਨੂੰ ਬਿਲਕੁਲ ਨਾ ਬਰਾਊਨ ਜੇ ਕਰ ਲੈਣੇ ਨੇਗੇ, ਅਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ। ਇਸੇ ਤਰ੍ਹਾਂ ਆਪਾਂ ਆਪਣੇ ਜਿਹੜੇ ਕੋਫਤੇ ਜੀ ਸਾਰੇ ਬਣਾ ਕੇ ਤਿਆਰ ਕਰਾਂਗੇ। ਅਤੇ ਛੋਲਿਆਂ ਦੀ ਸਬਜ਼ੀ, ਜੇ ਆਪਾਂ ਇਸ ਤਰ੍ਹਾਂ ਸਬਜ਼ੀ ਬਣਾ ਕੇ ਆਪਾਂ ਕਿਸੇ ਰਿਸ਼ਤੇਦਾਰ ਆਇਆਂ ਤੋਂ ਵੀ ਸਬਜ਼ੀ ਬਣਾਵਾਂਗੇ ਜੀ, ਸਾਰੇ ਤੁਹਾਨੂੰ ਪੁੱਛਣਗੇ ਕਿ ਇਹ ਮਤਲਬ ਕਿ ਤੁਸੀਂ ਕਾਹਦੇ ਕੋਫਤੇ ਬਣਾਏ ਨੇ, ਇੰਨੀ ਸਵਾਦ ਸਬਜ਼ੀ ਬਣਦੀ ਹੈ। ਬੱਚੇ ਵੀ ਪਤਾ ਕੀ ਕਰਦੇ ਆ ਜੀ, ਕਈ ਵਾਰ ਕਾਲੇ ਛੋਲੇ ਆਪਾਂ ਬਣਾਉਂਦੇ ਰਹਿੰਦੇ ਹਾਂ, ਬੱਚੇ ਵੀ ਅੱਕ ਜਾਂਦੇ ਨੇ ਰੋਜ਼ ਰੋਜ਼, ਉਹ ਵੀ ਨਹੀਂ ਖਾਂਦੇ ਹੈਗੇ। ਇਸ ਤਰ੍ਹਾਂ ਜੇ ਆਪਾਂ ਨਵੇਂ ਤਰੀਕੇ ਨਾਲ ਕੋਈ ਨਾ ਕੋਈ ਉਹਨਾਂ ਨੂੰ ਇਸ ਤਰ੍ਹਾਂ ਬਣਾ ਕੇ ਦੇਵਾਂਗੇ ਚੀਜ਼, ਤਾਂ ਬੱਚੇ ਖੁਸ਼ ਹੋ ਕੇ ਖਾ ਲੈਣਗੇ। ਜਿਹੜੇ ਕਾਲੇ ਚਨੇ ਹੁੰਦੇ ਜੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਆ, ਸੋ ਆਪਾਂ ਨੂੰ ਖਾਣੇ ਵੀ ਚਾਹੀਦੇ ਨੇ, ਕਿਵੇਂ ਬੱਚਿਆਂ ਨੂੰ ਵੀ ਖਾਣੇ ਚਾਹੀਦੇ ਆ। ਕਦੇ ਉਬਾਲ ਕੇ ਖਵਾ ਦਿਓ, ਕਦੇ ਕਾਲੇ ਚਨੇ ਦੀ ਚਾਟ ਬਣਾ ਕੇ ਖਵਾਓ, ਕਦੇ ਇਸ ਤਰ੍ਹਾਂ ਸਬਜ਼ੀ ਬਣਾ ਕੇ ਖਵਾਓ।
ਕਾਲੇ ਚਨੇ 'ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਬੱਚਿਆਂ ਨੂੰ ਖਵਾਉਂਦੇ ਰਹਿਣਾ ਚਾਹੀਦਾ ਆਪਾਂ ਨੂੰ। ਲਓ ਜੀ ਦੇਖੋ ਤੁਸੀਂ ਇਹ ਜਿਹੜੇ ਹੈਗੇ ਨੇ ਆਪਣੇ ਕੋਫਤੇ, ਤੁਸੀਂ ਦੇਖੋ ਬਰਾਊਨ ਹੋ ਰਹੇ ਨੇਗੇ, ਥੋੜ੍ਹਾ ਜਿਹਾ ਆਪਾਂ ਇਹਨਾਂ ਨੂੰ ਹੋਰ ਪਕਾ ਲੈਂਦੇ ਹਾਂ, ਫਿਰ ਆਪਾਂ ਸਾਰੇ ਕੋਫਤੇ ਇਸ ਤਰ੍ਹਾਂ ਤਿਆਰ ਕਰ ਲਾਂਗੇ। ਲਓ ਜੀ ਕੋਫਤੇ ਨੇ ਹੈਗੇ ਨੇ ਆਪਣੇ, ਇਹ ਹੋ ਗਏ ਨੇ ਫਰਾਈ, ਅਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਹਾਂ। ਲਓ ਜੀ ਆਪਾਂ ਸਾਰੇ ਕੋਫਤੇ ਹੈਗੇ ਆ ਫਰਾਈ ਕਰ ਲਿੱਤੇ ਨੇ, ਇੰਨੇ ਵਧੀਆ ਸਵਾਦ ਕੋਫਤੇ ਬਣੇ ਨੇ ਨਾ ਜੀ। ਆਪਾਂ ਬੱਚਿਆਂ ਨੂੰ ਵੈਸੇ ਵੀ ਇਹ ਨਾ ਵੀ ਸਬਜ਼ੀ ਬਣਾਉਣੀ ਹੋਵੇ ਇਸ ਤਰ੍ਹਾਂ ਬਣਾ ਕੇ ਬੱਚਿਆਂ ਨੂੰ ਵੈਸੇ ਵੀ ਦੇ ਸਕਦੇ ਹਾਂ, ਕੋਈ ਖਟਿਆਈ ਲਾ ਕੇ, ਕੋਈ ਦਹੀਂ ਨਾਲ, ਕੋਈ ਉਸ ਕੁਝ ਹਰੇ ਰੰਗ ਦੀ ਚਟਨੀ ਨਾਲ, ਜਿਵੇਂ ਮਰਜ਼ੀ ਬੱਚੇ ਖਾ ਸਕਦੇ ਆ। ਅਤੇ ਇੰਨੇ ਵਧੀਆ ਟੇਸਟੀ ਬਣਦੇ, ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦੇ ਹਾਂ। ਦੇਖੋ ਤੁਸੀਂ ਸੌਫਟ ਵੀ ਬਹੁਤ ਬਣੇ ਹੈਗੇ ਅਤੇ ਸਵਾਦ ਵੀ ਬਹੁਤ ਬਣੇ। ਲਓ ਜੀ ਹੁਣ ਆਪਾਂ ਇਹਨਾਂ ਨੂੰ ਸਬਜ਼ੀ ਬਣਾਉਂਦੇ ਹਾਂ ਜੀ। ਆਪਾਂ ਇਹਨਾਂ ਦੀ ਫਰਾਈ ਪੈਨ ਦੇ ਆਪਾਂ ਕੜਾਹੀ ਦੇ ਵਿੱਚੋਂ ਕੱਢਤਾ ਜੀ ਐਕਸਟਰਾ ਘਿਓ, ਥੋੜ੍ਹਾ ਜਿਹਾ ਆਪਾਂ ਰੱਖ ਲਿਆ, ਅਤੇ ਹੁਣ ਆਪਾਂ ਲਾਉਂਦੇ ਹਾਂ ਜੀ ਤੜਕਾ। ਸਭ ਤੋਂ ਪਹਿਲਾਂ ਪਵਾਵਾਂਗੇ ਆਪਾਂ ਜੀਰਾ। ਲਓ ਜੀ ਜੀਰਾ ਆਪਣਾ ਹੋ ਗਿਆ, ਅਤੇ ਹੁਣ ਆਪਾਂ ਪਿਆਜ਼, ਲਸਣ, ਅਦਰਕ ਦਾ ਪੇਸਟ ਪਾ ਦਿੰਦੇ ਹਾਂ। ਲਓ ਜੀ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਦ ਤੱਕ ਇਹ ਪੂਰਾ ਬਰਾਊਨ ਨਹੀਂ ਹੋ ਜਾਂਦਾ। ਪਿਆਜ਼ ਆਪਣਾ ਭੁੱਜ ਗਿਆ, ਅਤੇ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਜੀ ਆਪਣੇ ਮਸਾਲੇ। ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਲਦੀ, ਫਿਰ ਪਾਵਾਂਗੇ ਜੀ ਆਪਾਂ ਥੋੜ੍ਹਾ ਜਿਹਾ ਗਰਮ ਮਸਾਲਾ, ਥੋੜ੍ਹਾ ਜਿਹਾ ਪਾਵਾਂਗੇ ਜੀ ਧਨੀਆ ਪਾਊਡਰ, ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਨਮਕ, ਪਾਵਾਂਗੇ ਜੀ ਆਪਾਂ ਲਾਲ ਮਿਰਚ। ਟਮਾਟਰਾਂ ਦਾ ਪੇਸਟ, ਪਹਿਲਾਂ ਆਪਾਂ ਇਸ ਤਰ੍ਹਾਂ ਹੀ ਭੁੰਨਾਂਗੇ, ਅਤੇ ਫਿਰ ਥੋੜ੍ਹਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਫਿਰ ਦੁਬਾਰਾ ਤੋਂ ਚੰਗੀ ਤਰ੍ਹਾਂ ਭੁੰਨਾਂਗੇ। ਲਓ ਜੀ ਜਿਹੜਾ ਆਪਾਂ ਟਮਾਟਰ ਪਾਇਆ ਸੀਗਾ ਟਮਾਟਰ ਵੀ ਪੱਕ ਗਿਆ, ਅਤੇ ਹੁਣ ਆਪਾਂ ਥੋੜ੍ਹਾ ਜਿਹਾ ਨਾ ਪਾਣੀ ਪਾਉਂਦੇ ਹਾਂ ਇਹਦੇ ਵਿੱਚ, ਅਤੇ ਮਸਾਲੇ ਨੂੰ ਚੰਗੀ ਤਰ੍ਹਾਂ ਹੋਰ ਪਕਾਉਂਦੇ ਹਾਂ। ਹੁਣ ਆਪਾਂ ਇਹਨੂੰ ਢੱਕ ਦਿੰਦੇ ਹਾਂ, ਢੱਕ ਕੇ ਪਕਾਵਾਂਗੇ। ਮਸਾਲਾ ਆਪਣਾ ਹੋ ਗਿਆ ਵਧੀਆ, ਦੇਖੋ ਤੁਸੀਂ ਕਿੰਨਾ ਵਧੀਆ ਇਹਦਾ ਕਲਰ ਆਇਆ, ਅਤੇ ਇਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਨਾ ਸੁੱਕੀ ਮੇਥੀ ਵੀ ਪਾ ਦਿੰਦੇ ਹਾਂ। ਜੀ ਹੁਣ ਆਪਣਾ ਇਹਦੇ ਵਿੱਚ ਪਾਵਾਂਗੇ ਆਪਾਂ ਕੋਫਤੇ, ਪਾਵਾਂਗੇ ਜੀ ਆਪਾਂ ਇਹਦੇ ਵਿੱਚ ਪਾਣੀ, ਥੋੜ੍ਹਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾ ਦਿੰਦੇ ਹਾਂ, ਕਿਉਂਕਿ ਜਿਹੜੇ ਕੋਫਤੇ ਹੁੰਦੇ ਆ ਨਾ ਪਾਣੀ ਨੂੰ ਸੋਖਦੇ ਆ। ਲਓ ਜੀ ਹੁਣ ਆਪਾਂ ਇਹਨੂੰ ਦੋ ਤਿੰਨ ਕੁ ਮਿੰਟ ਵਾਸਤੇ ਨਾ
ਉਬਾਲੇ ਦਵਾਵਾਂਗੇ ਦੋ ਤਿੰਨ ਇਹਨੂੰ ਚੰਗੀ ਤਰ੍ਹਾਂ, ਇਹਨੂੰ ਢੱਕ ਦਿੰਦੇ ਹਾਂ। ਲਓ ਜੀ ਸਬਜ਼ੀ ਬਣ ਕੇ ਆਪਣੀ ਹੋ ਗਈ ਜੀ ਤਿਆਰ, ਅਤੇ ਹੁਣ ਆਪਾਂ ਇਹਦੇ ਉੱਤੇ ਪਾਉਂਦੇ ਹਾਂ ਜੀ ਧਨੀਆ। ਲਓ ਜੀ ਆਪਾਂ ਧਨੀਆ ਵੀ ਪਾ ਤਾ, ਅਤੇ ਤੁਹਾਨੂੰ ਹੁਣ ਆਪਾਂ ਪਲੇਟ 'ਚ ਪਾ ਕੇ ਦਿਖਾਉਂਦੇ ਹਾਂ ਜੀ, ਜਿਹੜੀ ਕਿ ਆਪਣੀ ਤਰੀ ਅਤੇ ਸਬਜ਼ੀ ਦੇਖੋ ਇੰਨੀ ਵਧੀਆ ਬਣ ਕੇ ਇਹ ਤਿਆਰ ਹੋਈ ਹੈ ਨਾ, ਬਹੁਤ ਹੀ ਜ਼ਿਆਦਾ ਵਧੀਆ। ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।